ਅਸੀਕਾਲ ਦੋਸਤੋ ਕੀ ਹਾਲ ਚਾਲ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਲੋ ਦੋਸਤੋ ਅੱਜ ਹੋ ਗਈ ਆ 22 ਜੁਲਾਈ 2022 ਦਾ ਸ਼ੁੱਕਰਵਾਰ ਹੋ ਗਿਆ ਤੇ ਅੱਜ ਹਾਜ਼ਰ ਆ ਸੀ ਵੀਰ ਲੈ ਕੇ ਪੁਲੀ ਆ ਲੈ ਕੇ ਤੁਹਾਡੇ ਆਸਤੇ ਇਟਲੀ ਦੀਆਂ ਨਵੀਆਂ ਤਾਜ਼ੀਆਂ ਅਪਡੇਟ ਇਟਲੀ ਦੀਆਂ ਨਿਊਜ਼ ਤੇ ਖਬਰਾਂ ਇਮੀਗ੍ਰੇਸ਼ਨ ਦੀਆਂ ਤੇ ਖਬਰਾਂ ਚਾਰੇ ਪਾਸੇ ਦੀਆਂ ਤੇ ਵੀਡੀਓ ਦੇ ਜਾਣ ਤੋਂ ਪਹਿਲਾਂ ਦੋਸਤੋ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਨਾਲ ਘੰਟੀ ਵਾਲੇ ਬਟਨ ਨੂੰ ਆਨ ਤੇ ਕਰ ਲਿਓ ਕੋਲਿਕ ਤਾਂ ਕਿ ਆਉਣ ਵਾਲੀ ਡੇਲੀ ਦੀ ਇਟਲੀ ਦੀ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਦੋਸਤੋ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਅੱਜ ਮੇਨ ਮੁੱਦਾ ਜਿਹੜਾ ਇਟਲੀ ਸਰਕਾਰ ਦਾ ਜਿਹੜਾ ਕਿ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਦਾ ਰੰਗਰੌਲਾ ਚੱਲ ਰਿਹਾ ਸੀਗਾ ਤੇ ਇਟਲੀ ਸਰਕਾਰ ਦਾ ਅੱਜ ਪੈ ਗਿਆ ਦੋਸਤੋ ਪਟਾਕਾ ਇਟਲੀ ਦੇ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਆ ਉਹ ਲਾਗੂ ਹੋ ਚੁੱਕਾ ਤੇ ਜਿਹੜਾ ਮਾਰੀਓ ਦਰਾਗੀ ਦੀ ਸਰਕਾਰ ਸੀਗੀ ਉਹ ਆਪਣੀ 1.5 ਸਾਲ ਦੀ ਜਿਹੜੀ ਸੇਵਾ ਨਿਭਾਉਣ ਤੋਂ ਬਾਅਦ ਆਖਰਕਾਰ ਅੱਜ ਮਾਰੀਓ ਦਰਾਗੀ ਦਾ ਅਸਤੀਫਾ ਸੌਰੀ ਅੱਜ ਨਹੀਂ ਬੀਤੇ ਕੱਲ ਜਿਹੜਾ ਮਾਰੀਓ ਦਰਾਗੀ ਦਾ ਅਸਤੀਫਾ ਜਿਹੜਾ ਉਹ ਰਾਸ਼ਟਰਪਤੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਤੇ ਦਰਾਗੀ ਸਰਕਾਰ ਨੇ ਅਸਤੀਫਾ ਤਾਂ ਦੇ ਦਿੱਤਾ ਪਰ ਦੋਸਤੋ ਹਜੇ ਤੱਕ ਜਿਹੜਾ ਦਰਾਗੀ ਆ ਮਾਰੀਓ ਦਰਾਗੀ ਆ ਜਿਹੜਾ ਉਹ ਕਾਰਜਕਾਰ ਜਿਹੜਾ ਹਜੇ ਸੰਭਾਲ ਕੇ ਰੱਖਣਗੇ ਕਿਉਂਕਿ ਉਹਨਾਂ ਨੂੰ ਐਜ਼ ਏ ਕੇਅਰ ਟੇਕਰ ਵਜੋਂ ਫਿਰ ਇਹ ਜਿਹੜਾ ਆਪਣਾ ਉਹਦਾ ਸੰਭਾਲਣਾ ਪਊਗਾ ਜਦੋਂ ਤੱਕ ਕਿ ਅਗਲੇ ਇਲੈਕਸ਼ਨ ਨਹੀਂ ਹੋ ਜਾਂਦੇ ਤੋਂ ਦੋਸਤੋ ਦਰਾਗੀ ਸਰਕਾਰ ਦਾ ਅਸਤੀਫਾ ਦੇਣ ਦਾ ਕਾਰਨ ਤਾਂ ਪਤਾ ਲੱਗ ਗਿਆ ਤੁਹਾਨੂੰ ਵੀ ਜੇ ਇਹ ਤਿੰਨ ਤਿੰਨ ਪਾਰਟੀਆਂ ਦੀ ਮਿਲੀਜੋਲੀ ਬਹੁਮਤ ਨਾਲ ਬਣਾਈ ਗਈ ਇੱਕ ਸਰਕਾਰ ਸੀਗੀ ਜਿਹਦੇ ਵਿੱਚ ਕਿ ਹੁਣ ਮਾਰੀਓ ਦਰਾਗੀ ਨੂੰ ਜਿਹੜਾ ਇਹਦੇ ਵਿੱਚ ਬਹੁਮਤ ਨਹੀਂ ਮਿਲੇਗਾ ਜਿਹਦੇ ਕਰਕੇ ਦਰਾਗੀ ਨੇ ਦੇ ਦਿੱਤਾ ਅਸਤੀਫਾ ਤੇ ਇਹਦੇ ਨਾਲ ਹੁਣ ਰਾਸ਼ਟਰਪਤੀ ਨੇ ਬਹੁਤ ਸਮਝਾਉਣ ਦੀ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਬਹੁਮਤ ਨਹੀਂ ਹਾਸਲ ਕਰ ਸਕੇ ਮਰੀਓ ਦਰਾਗੀ ਤੇ ਹੁਣ ਦੋਸਤੋ ਰਾਸ਼ਟਰਪਤੀ ਰਾਜ ਹੋ ਗਿਆ ਇਟਲੀ ਦੇ ਵਿੱਚ ਲਾਗੂ ਤੇ ਵੇਖਦੇ ਆ ਆਉਣ ਵਾਲਾ ਜਿਹੜੀਆਂ ਵੋਟਾਂ ਕਿਉਂਕਿ ਵੋਟਾਂ ਦਾ ਵੋਟਾਂ ਦੀ ਇਹਨਾਂ ਨੇ ਆਉਣ ਵਾਲਾ ਇਲੈਕਸ਼ਨ ਦੀ ਤਰੀਕ ਵੀ ਜਾਰੀ ਕਰ ਦਿੱਤੀ ਹੈ 25 ਸਤੰਬਰ ਨੂੰ ਇਹ ਜਿਹੜੀ ਨਵੇਂ ਇਲੈਕਸ਼ਨ ਦੀ ਤਰੀਕ ਜਾਰੀ ਕੀਤੀ ਹੈ 25 ਸਤੰਬਰ ਨੂੰ ਵੋਟਾਂ ਪੈਣੀਆਂ ਦੁਬਾਰਾ ਇਲੈਕਸ਼ਨ ਹੋਣਗੇ ਜਿਹਦੇ ਵਿੱਚ ਦੇਖੋ ਮਾਰੀਓ ਦਰਾਗੀ ਦੀ ਸਰਕਾਰ ਬੰਦੀ ਹੈ ਜਾਂ ਜੋਰਜ ਮਲੋਨੀ ਦੀ ਸਰਕਾਰ ਬੰਦੀ ਹੈ ਕਿਉਂਕਿ ਇਹ ਪਾਰਟੀਆਂ ਦੇ ਵਿੱਚ ਇਹ ਜੋਰਜੋ ਮਲੋਨੀ ਹੈ ਜਿਹੜਾ ਉਹ 74 ਵੋਟਾਂ ਲੈ ਕੇ ਹਜੇ ਤੱਕ ਅੱਗੇ ਹੈ ਤੇ ਜਿਹੜਾ ਮਾਰੀਓ ਦਰਾਗੀ ਹੈ ਉਹਦੇ ਕੋਲ ਜੋਰਜੋ ਮਲੋਨੀ 77 ਵੋਟਾਂ ਲੈ ਕੇ ਅੱਗੇ ਹੈ ਤੇ ਜਿਹੜਾ ਮਾਰੀਓ ਦਰਾਗੀ ਹੈ ਉਹਨੂੰ ਮਿਲਗੀਆਂ 74 ਵੋਟਾਂ ਸੋ ਫਰਕ ਦੋਸਤੋ ਥੋੜਾ ਹੀ ਆ ਤਿੰਨ ਕ ਵੋਟਾਂ ਦਾ ਫਰਕ ਆ ਵੇਖਦੇ ਆ ਆਉਣ ਵਾਲੀ ਜਿਹੜੀ ਸਰਕਾਰ ਆ ਇਹ ਜੇ ਤਿੰਨ ਵੋਟਾਂ ਇਧਰ ਉਧਰ ਹੋ ਜਾਂਦੀਆਂ ਜੇ ਤਾਂ ਮਾਰੀਓ ਦਰਾਗੀ ਇੰਨੀ ਹੋ ਗਈਆਂ ਤਾਂ ਸਰਕਾਰ ਮਾਰੀਓ ਦਰਾਗੀ ਦੀ ਬਣ ਸਕਦੀ ਆ ਤੇ ਜਾਂ ਮਲੋਨੀ ਦੀ ਸਰਕਾਰ ਬਣ ਸਕਦੀ ਆ ਸੋ ਦੋਸਤੋ ਜਦੋਂ ਦੇਖਦੇ ਆ ਕਿਹਦੀ ਸਰਕਾਰ ਬੰਦੀ ਹੈ ਕਿਹਦੀ ਨਹੀਂ ਪਰ ਇਹਦੇ ਵਿੱਚ ਹੁਣ ਜਿਹੜੀ ਸਰਕਾਰ ਜ ਰਾਸ਼ਟਰਪਤੀ ਰਾਜ ਲਾਗੂ ਹੋਇਆ ਇਹਦੇ ਵਿੱਚ ਬਦਲਿਆ ਕੀ 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 ਹੋਣਾ ਕੀ ਕੀ ਨਹੀਂ ਕੀ ਕੀ ਗਵਰਨਮੈਂਟ ਕਰ ਸਕਦੀ ਹੈ ਉਹ ਸੋੜਾ ਜਿਹਾ ਤੁਹਾਨੂੰ ਦੱਸ ਦਿੰਦੇ ਆ ਜੀ ਜਿਹੜੀ ਗਵਰਨਮੈਂਟ ਜਿਹੜੀ ਠਹਿ ਚੁੱਕੀ ਹੈ ਰਾਸ਼ਟਰਪਤੀ ਰਾਜ ਦੇ ਵਿੱਚ ਕੋਈ ਨਵਾਂ ਕਾਨੂੰਨ ਨਵੇਂ ਡਿਕਰੇ ਤੋਂ ਕੋਈ ਨਹੀਂ ਲਾਗੂ ਹੋ ਸਕਦਾ ਹਾਂ ਜਿਹੜਾ ਪੁਰਾਣੇ ਕਾਨੂੰਨ ਚੱਲੇ ਆ ਰਹੇ ਆ ਪੁਰਾਣੇ ਡਿਕਰੇ ਤੋਂ ਆ ਰਹੀ ਹੈ ਜਾਂ ਕੁਝ ਵੀ ਹੋ ਰਿਹਾ ਚੱਲ ਰਿਹਾ ਉਹ ਚੱਲਦਾ ਰਹੂਗਾ ਜਿਨਾਚਰ ਨਵਾਂ ਨਵੀਂ ਸਰਕਾਰ ਨਵਾਂ ਪ੍ਰਧਾਨ ਮੰਤਰੀ ਨਿਭਾਉਂਦਾ ਕੋਈ ਨਵੇਂ ਕਾਨੂੰਨ ਨਹੀਂ ਲਾਗੂ ਹੋ ਸਕਦੇ ਨੈਸ਼ਨਲ ਲੈਵਲ ਤੇ ਆ ਜੇ ਇੰਟਰਨੈਸ਼ਨਲ ਲੈਵਲ ਤੇ ਕੋਈ ਵੀ ਚੇਂਜਿੰਗ ਹੁੰਦੀ ਹੈ ਕੋਈ ਬਦਲਾਅ ਆਉਂਦਾ ਇੰਟਰਨੈਸ਼ਨਲ ਲੈਵਲ ਤੇ ਉਹਦੇ ਤੇ ਇਹ ਜਿਹੜੀ ਆ ਅਜੇ ਵੀ ਜਿਹੜੀ ਦਰਾਗੀ ਸਰਕਾਰ ਆ ਜਿਹੜਾ ਕਾਰਜਗਾਰ ਰਹੀ ਹੈ ਸੰਭਾਲ ਰੱਖਿਆ ਜਿਹਨੂੰ ਕੇ ਕੇਅਰ ਟੇਕਰ ਕਹਿ ਦਿੰਦੇ ਆ ਪੰਸਰਕਰ ਦਾ ਉਹ ਆਪਣੇ ਫੈਸਲੇ ਹਜੇ ਵੀ ਲੈ ਸਕਦਾ ਤੇ ਅੱਗੇ ਗੱਲ ਕਰਦੇ ਆ ਦੋਸਤੋ ਸਭ ਤੋਂ ਆਪਣੇ ਅਹਿਮ ਗੱਲ ਮੇਰੇ ਵੀਰਾਂ ਵਾਸਤੇ ਇਹ ਇੰਡੀਆ ਦੇ ਵੀਰਾਂ ਵਾਸਤੇ ਇੱਕ ਖੁਸ਼ਖਬਰੀ ਹੈ ਜਿਹੜਾ ਇੰਡੀਅਨ ਕਾਉਂਸਲਰ ਜਨਰਲ ਆਫ ਮਿਲਾਨ ਤੇ ਇਹ ਆਪਣਾ ਜਿਹੜਾ ਕਾਉਂਸਲਰ ਕੈਂਪ ਲਗਾ ਰਿਹਾ ਪਾਦੋਵਾ ਦੇ ਵਿੱਚ 31 ਜੁਲਾਈ 2022 ਨੂੰ ਇਹ ਕੈਂਪ ਲੱਗ ਰਿਹਾ ਪਾਦੋਵਾ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਜਿਦੇ ਵਿੱਚ ਕਿ ਤੁਸੀਂ ਆਪਣਾ ਪਾਸਪੋਰਟ ਰੀਨਿਊ ਜਾਂ OCI ਕਾਰਡ ਜਾਂ ਪਾਸਪੋਰਟ ਸਰਲੈਂਡਰ ਕਰਾਉਣਾ ਤੇ ਜਾਂ ਹੋਰ ਮਿਸਲੀਨੀਅਸ ਸੇਵਾਵਾਂ ਦੇ ਵਿਚ ਸੋ ਇਹਦੇ ਵਿੱਚ ਸਰਵਿਸ ਦਿੱਤੀ ਜਾਣੀ ਹੈ ਇਹਦੇ ਵਿੱਚ ਆਪਾਂ ਮੋٹے ਮੋٹے ਸ਼ਬਦਾਂ ਵਿੱਚ ਕਹਿ ਦਿੰਦੇ ਆਂ ਵੀ ਜਿਹੜੀ ਇੰਡੀਅਨ ਐਂਬੈਸੀ ਮਲਾਣ ਦੇ ਵਿੱਚ ਸੀਗੀ ਦੋਸਤੋ ਉਹ ਇੱਕ ਦਿਨ ਵਾਸਤੇ ਪਾਧਵਾ ਦੇ ਵਿੱਚ ਆ ਰਹੀ ਆ 31 ਤਰੀਕ ਨੂੰ ਇੰਡੀਅਨ ਐਂਬੈਸੀ ਮਲਾਣ ਆ ਜਿਹੜੀ ਇੱਕ ਦਿਨ ਵਾਸਤੇ ਪਾਧਵਾ ਆ ਰਹੀ ਆ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਕਹਿ ਦਿੰਦੇ ਆਂ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਹੋਵੇ ਐਂਬੈਸੀ ਵਾਲਾ ਤੇ ਕੋਈ ਵੀ ਤੇ ਇਹਦੇ ਵਾਸਤੇ ਦੋਸਤੋ ਇੱਕ ਮੇਨ ਚੀਜ਼ ਆ ਵੀ ਤੁਹਾਨੂੰ ਅਪਾਇੰਟਮੈਂਟ ਪਹਿਲਾਂ ਬੁੱਕ ਕਰਾਉਣੀ ਪੈਣੀ ਆ ਬਿਨਾ ਅਪਾਇੰਟਮੈਂਟ ਤੋਂ ਤੁਸੀਂ ਨਹੀਂ ਜਾ ਸਕਦੇ ਨਹੀਂ ਆਪਣਾ ਨੰਬਰ ਲਵਾ ਸਕਦੇ ਤੇ ਜੇ ਕਿਸੇ ਵੀਰੇ ਵੀਰ ਨੇ ਆਪਣਾ ਕੰਮ ਕਰਵਾਉਣਾ ਤੇ ਪਿੱਛੇ ਨੰਬਰ ਚੱਲ ਰਿਹਾ ਆਪਣੇ ਮਨਦੀਪ ਭਾਜੀ ਮਨਹਿਰ ਬੋਹੜਾਂ ਦਾ ਉਹਨਾਂ ਨਾਲ ਕੰਟੈਕਟ ਕਰਕੇ ਕਿਸੇ ਵੀ ਤਰ੍ਹਾਂ ਦਾ ਕੰਮ ਆ ਤੁਹਾਡਾ ਪਾਸਪੋਰਟ ਦਾ ਜਾਂ ਕੋਈ ਵੀ ਉਹ ਸੀਆਈ ਕਾਰਡ ਦਾ ਜਾਂ ਹੋਰ ਮਿਸਲੀਨੀਅਸ ਕੰਮ ਤੇ ਉਹਨਾਂ ਨਾਲ ਕੰਟੈਕਟ ਕਰਕੇ ਆਪਣੀ ਅਪਾਇੰਟਮੈਂਟ ਵੀ ਬੁੱਕ ਕਰਾ ਸਕਦੇ ਆ ਤੇ ਆਪਣਾ ਫਾਈਲ ਵੀ ਤਿਆਰ ਕਰਵਾ ਸਕਦੇ ਆ ਤੇ ਅੱਗੇ ਗੱਲ ਕਰਦੇ ਆਂ ਦੋਸਤੋ ਖਬਰ ਆ ਰਹੀ ਹੈ ਮਿਲਾਨ ਤੋਂ ਮਿਲਾਨ ਦੇ ਵਿੱਚ ਇੱਕ 1.5 ਸਾਲ ਦੀ ਬੱਚੀ ਜਿਹੜੀ ਜਿਹਦਾ ਨਾਮ ਸੀਗਾ ਦਿਆਨਾ ਉਹ ਬੁੱਧਵਾਰ ਨੂੰ ਆਪਣੇ ਘਰ ਦੇ ਵਿੱਚ ਬੀਤੇ ਬੁੱਧਵਾਰ ਨੂੰ ਆਪਣੇ ਘਰ ਦੇ ਵਿੱਚ ਜਿਹੜੀ ਬਿਰਡ ਤੇ ਮਰੀ ਹੋਈ ਮਿਲੀ ਆ ਖਬਰ ਮੇਰੀ ਖਬਰ ਇਹ ਆ ਖਬਰ ਹੈਗੀ ਹੈ ਮਿਲਾਨੋਂ ਦੀ ਮਿਲਾਨੋਂ ਦੇ ਵਿਆ ਪਰ ਇਹ ਵਾ ਜੋਨਾ ਪੈਂਦਾ ਪੋਂਤੇ ਲੋੰਬਰੋ ਜਿੱਥੇ ਕਿ ਇੱਕ ਮਾਂ ਜਿਹਦਾ ਨਾਮ ਸੀਗਾ ਅਲੇਸੀਆ ਅਲੇਸੀਆ ਮਾਂ ਸੀਗੀ ਜਿਹਦੀ ਉਮਰ 36 ਸਾਲ ਦੱਸੀ ਜਾਂਦੀ ਹੈ ਤੇ ਆਪਣੀ ਡੇਢ ਸਾਲ ਦੀ ਬੱਚੀ ਨੂੰ ਘਰ ਦੇ ਦੇ ਵਿੱਚ ਇਕੱਲੀ ਨੂੰ ਛੱਡ ਕੇ ਤੇ ਉਹਦੇ ਕੋਲੇ ਦੋ ਚਾਰ ਬੋਤਲਾਂ ਜਿਹੜੀਆਂ ਦੁੱਧ ਦੀਆਂ ਮਿਲੀਆਂ ਤੇ ਇੱਕ ਕੋਈ ਇੱਕ ਹੋਰ ਸ਼ੀਸ਼ੀ ਮਿਲੀ ਹੈ ਕੋਈ ਇਹੋ ਜੀ ਜ਼ਹਿਰੀਲੀ ਨਹੀਂ ਆਪਾਂ ਕਹਿ ਸਕਦੇ ਕੋਈ ਹੋਰ ਛੀ ਦਵਾਈਆਂ ਸੀ ਕਿ ਹੋ ਸਕਦਾ ਵੀ ਦੁੱਧ ਦੇ ਵਿੱਚ ਪਾਈ ਪਾ ਕੇ ਦੇ ਕੇ ਗਈ ਹੋਵੇ ਤੇ ਜਿਹੜੀ ਕਿ ਮਾਂ ਸੀਗੀ ਅਲੇਸੀਆ ਆਪਣੇ ਬੱਚੀ ਨੂੰ ਛੱਡ ਕੇ ਆ ਤੇ ਆਪਣੇ ਬॉयਫਰੈਂਡ ਦੇ ਨਾਲ ਬੈਰ ਘੁੰਮਣ ਚੱਲ ਜਾਂਦੀ ਹੈ ਤੇ ਬਾਅਦ ਚ ਵਾਪਸੀ ਆਉਂਦੀ ਕਿ ਜਿੱਥੇ ਕੇ ਬੱਚੀ ਭੁੱਖੀ ਪਿਆਸੀ ਪਤਾ ਨਹੀਂ ਕੀ ਬੱਚੀ ਦੇ ਨਾਲ ਪਾਣਾ ਵਾਪਰਿਆ ਹੋਊਗਾ ਇਹ ਤਾਂ ਰੱਬ ਜਾਣਦਾ ਤੇ ਉਹਦੀ ਜਿਹੜੀ ਬਾਡੀ ਹੈ 6 ਦਿਨ ਬਾਅਦ ਜਿਹੜੀ ਘਰ ਦੇ ਵਿੱਚੋਂ ਰਿਕਵਰ ਕੀਤੀ ਗਈ ਹੈ ਤੇ ਹੁਣ ਮਾਂ ਨੂੰ ਜਿਹੜੀ ਮਾਂ ਜਿਹਦਾ ਨਾਮ ਅਲੇਸੀਆ ਸੀਗਾ ਉਹਨੂੰ ਕਤਲ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਅਗਲੀ ਖਬਰ ਦੋਸਤੋ ਆ ਰਹੀ ਹੈ ਇੰਡੀਆ ਤੋਂ ਇੰਡੀਆ ਦਾ ਜਿਹੜੇ 15ਵੇਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਚੋਣ ਆ ਜਿਹੜੀ ਉਹ ਹੋ ਚੁੱਕੀ ਹੈ ਇੰਡੀਆ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਹੋ ਚੁੱਕੀ ਹੈ ਜੀ ਦਾ ਨਾਂ ਹੈਗਾ ਦਰੋਪਤੀ ਮੁਰਮੂ ਤੇ ਇਹ ਸਾਰੇ ਐਮਪੀ ਕਾ ਨੇ ਵੋਟਾਂ ਪਾ ਕੇ ਬੀਤੇ ਕੱਲ ਵੋਟਿੰਗ ਹੋਈ ਹੈ ਵੀਰਵਾਰ ਨੂੰ ਤੇ ਜਿਹੜੀ ਇਹ ਦਰੋਪਤੀ ਮੁਰਮੂ ਆ ਐਨਡੀਆ ਦੀ ਉਮੀਦਵਾਰ ਸੀਗੀ ਇਹ ਪਹਿਲੀ ਜਿਹੜੀ ਮਹਿਲਾ ਰਾਸ਼ਟਰਪਤੀ ਆ ਪਹਿਲੀ ਮਹਿਲਾ ਜਿਹੜੀ ਆਦੀਵਾਸੀ ਰਾਸ਼ਟਰਪਤੀ ਬਣੀ ਆ ਦਰੋਪਤੀ ਮੁਰਮੂ ਤੇ ਇਹ ਇਹ ਜਿਹੜੀ ਸੀਗੀ ਇਲੈਕਸ਼ਨ ਲੜੀ ਸੀ ਜਸਵੰਤ ਸਿਨਾ ਦੇ ਖਿਲਾਫ ਜਸਵੰਤ ਸਿਨਾ ਨੂੰ ਹਰਾ ਕੇ ਇਹ ਰਾਸ਼ਟਰਪਤੀ ਬਣ ਚੁੱਕੀ ਹੈ ਜਿਨੇ ਕੇ 25 ਜੁਲਾਈ ਨੂੰ ਆਪਣੀ ਸਹੁੰ ਚੁੱਕ ਲਈ ਹੈ ਇਹਨੂੰ ਵੋਟਾਂ ਦੋਸਤੋ ਪਈਆਂ ਇਹਨੂੰ ਵੋਟਾਂ 540 ਐਮਪੀ ਨੇ ਇਸ ਦ੍ਰੋਪਤੀ ਨੂੰ ਵੋਟਾਂ ਪਾਈਆਂ ਤੇ 240 ਐਮਪੀ ਨੇ ਪਾਈਆਂ ਵੋਟਾਂ ਸਿਨਾ ਨੂੰ ਸੋ ਦੋਸਤੋ ਨਵਾਂ ਰਾਸ਼ਟਰਪਤੀ ਜਿਹੜਾ 15ਵਾਂ ਮੇਂディア ਦਾ ਉਹ ਬਣ ਚੁੱਕਾ ਦ੍ਰੋਪਤੀ ਮੋਰਮੂ ਅਗਲੀ ਗੱਲ ਕਰਦੇ ਆਂ ਦੋਸਤੋ ਗੱਲ ਪੇਪਰਾਂ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਆਂ ਵੀਰਾਂ ਦੇ ਕਮੈਂਟ ਆ ਰਹੇ ਸੀ ਮੈਸੇਜ ਆ ਰਹੇ ਆ ਬਈ 2022 ਵਾਲੇ ਜਿਹੜੇ ਨਵੀਂ ਇਮੀਗ੍ਰੇਸ਼ਨ ਖੁੱਲਣੀ ਆ ਉਹ ਕਦੋਂ ਖੁੱਲੂਗੀ ਸੋ ਦੋਸਤੋ ਪਹਿਲਾਂ ਤੁਹਾਨੂੰ ਦੱਸਿਆ ਸੀ ਇੱਕ ਵੀਡੀਓ ਦੇ ਵਿੱਚ ਬਈ ਜਿਹੜੀ ਨਵੀਂ ਇਮੀਗ੍ਰੇਸ਼ਨ ਆ ਉਹ ਅਕਤੂਬਰ ਦੇ ਵਿੱਚ ਇਹਨਾਂ ਨੇ ਆਪਦੀ ਗੱਲਬਾਤ ਕਰਤੀ ਸੀ ਕਿ ਬਈ ਅਕਤੂਬਰ ਦੇ ਵਿੱਚ ਖੁੱਲ ਸਕਦੀ ਹੈ ਪਰ ਡੇਟ ਨਹੀਂ ਸੀਗੀ ਦੱਸੀ ਤੇ ਹੁਣ ਤੁਸੀਂ ਦੇਖ ਲਿਆ ਬਈ ਸਰਕਾਰ ਡੇਗ ਚੁੱਕੀ ਆ ਇਹ ਜਿਹੜੀ ਜਿੰਨਾ ਚਿਰ ਨਵੀਂ ਸਰਕਾਰ ਨੇ ਬਣਦੀ ਕੋਈ ਨਵੇਂ ਡਿਕਰੇ ਤੋਂ ਕੋਈ ਨਵਾਂ ਕਾਨੂੰਨ ਪਾਸ ਨਹੀਂ ਕਰ ਸਕਦੇਗੇ ਤੇ ਹੋ ਸਕਦਾ ਇਹ ਇਮੀਗ੍ਰੇਸ਼ਨ ਜਿਹ ਇਹਨਾਂ ਨੇ ਵੋਟਾਂ ਪਾਉਣੀਆਂ 25 ਸਤੰਬਰ ਤੋਂ ਵੋਟਾਂ ਪੈਣੀਆਂ ਉਸ ਤੋਂ ਬਾਅਦ ਰਿਜ਼ਲਟ ਆਉਣੇ ਆ ਵੋਟਾਂ ਦੇ ਉਸ ਤੋਂ ਬਾਅਦ ਸਰਕਾਰ ਨੇ ਆ ਉਹਦਾ ਕਾਰਜਕਾਰ ਨਵੀਂ ਸਰਕਾਰ ਕਾਰਜਕਾਰ ਸੰਭਾਲੂਗੀ ਜੇ ਤਾਂ ਦਰਾਗੀ ਸਰਕਾਰ ਆਉਂਦੀ ਆ ਤੇ ਉਹਨੂੰ ਤਾਂ ਸਾਰਾ ਕੁਝ ਪਤਾ ਹੀ ਆ ਤੇ ਉਹਦਾ ਹੋ ਸਕਦਾ ਖੋਲ ਦੇ ਅਕਤੂਬਰ ਦੇ ਵਿੱਚ ਜੇ ਨਵੀਂ ਸਰਕਾਰ ਆ ਗਈ ਉਹਨੇ ਆ ਉਹਦੇ ਨਵੇਂ ਕਾਨੂੰਨ ਨਵੇਂ ਸੋਚ ਨਵੇਂ ਟੰਗਾਂ ਨਾਲ ਆਪਦੀ ਸਰਕਾਰ ਚਲਾਉਣੀ ਆ ਤੇ ਹੋ ਸਕਦਾ ਇਹ ਇਸ ਸਾਲ ਦੇ ਐਂਡ ਵਿੱਚ ਖੁੱਲਣ ਤੇ ਹੋ ਸਕਦਾ ਜਿਵੇਂ ਪਿਛਲੇ ਸਾਲ ਹੀ ਫਲੂਸੀ ਇਸ ਸਾਲ ਦੇ ਵਿੱਚ ਖੁੱਲੀ ਆ ਤੇ ਹੋ ਸਕਦਾ ਇਸ ਸਾਲ ਹੀ ਫਲੂਸੀ ਅਗਲੇ ਸਾਲ 2023 ਦੇ ਵਿੱਚ ਖੁੱਲੇ ਸੋ ਹਜੇ ਦੋਸਤੋ ਵੀ ਜਿਹੜੀ ਨਵੀਂ ਸਰਕਾਰ ਬਣ ਤੱਕ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਨਵੀਂ ਫਲੂਸੀ ਕਦੋਂ ਖੁੱਲਣੀ ਆ ਹਾਂ ਜਿਹੜੇ ਪੁਰਾਣੇ ਖੁੱਲ ਰਹੇ ਆ ਪੁਰਾਣੇ ਕੰਮ ਚੱਲ ਰਹੇ ਆ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਜਿਵੇਂ ਪੁਰਾਣੇ ਪੇਪਰ ਖੁੱਲੇ ਵੀ ਆ 2021 ਵਾਲੇ ਜਿਹੜੇ ਖੁੱਲੇ ਸੀਗੇ ਜਿਹੜੇ ਇਸ ਸਾਲ ਜਾ ਵੀ ਫਰੂਇਚ ਨਿੱਕਲੇ ਜਿਹੜੇ ਮੇਰੇ ਵੀਰਾਂ ਦੇ ਉਹਨਾਂ ਤੇ ਕੋਈ ਅਸਰ ਨਹੀਂ ਪੈਣਾਗਾ ਉਹ ਜਿੰਨਾ ਕੋਟਾ ਹੈਗਾ ਉਹਨਾਂ ਸਰਕਾਰ ਨੂੰ ਕੰਨਣਾ ਪੈਣਾ ਤੇ ਇਹਦਾ ਫਰਕ ਪਦਾ ਪੈਣਾ ਨਵੀਂ ਸਰਕਾਰ ਦਾ ਜਿਹੜੀ ਨਵੀਂ ਗਵਰਨਮੈਂਟ ਨਵੀਂ ਆਉਣੀ ਆ ਉਹਦੇ ਤੇ ਪੈਣਾ ਇਹਦੇ ਨਾਲ ਹੀ ਗੱਲ ਕਰਦਾ ਹਾਂ ਜਿਹੜੇ ਦੋਸਤੋ ਇੰਡੀਅਨ ਪਾਸਪੋਰਟ ਦੀ ਇੰਡੀਅਨ ਪਾਸਪੋਰਟ ਦਾ ਜਿਹੜਾ ਲੈਵਲ ਆਪਣੇ ਦਾ ਉਹ ਹੁਣ 199 ਦੇਸ਼ਾਂ ਦੇ ਵਿੱਚੋਂ 87ਵੇਂ ਨੰਬਰ ਤੇ ਆ ਗਿਆ ਇੰਡੀਅਨ ਪਾਸਪੋਰਟ ਤੇ ਜਿਹੜਾ ਹੁਣ ਇੰਡੀਅਨ ਪਾਸਪੋਰਟ ਤੇ ਆਪਾਂ 60 ਦੇਸ਼ਾਂ ਦੇ ਵਿੱਚ ਬਿਨਾ ਵੀਜ਼ੇ ਤੋਂ ਜਾਂ ਆਨ ਰਾਈਵਲ ਵੀਜ਼ੇ ਤੇ ਜਾ ਸਕਦੇ ਆ ਮਤਲਬ ਵੀਜ਼ਾ ਉੱਥੇ ਪਹੁੰਚ ਕੇ ਲੈ ਸਕਦੇ ਆ ਹੁਣ ਵੀਜ਼ਾ ਲਗਵਾਉਣ ਦੀ ਇੰਡੀਆ ਤੋਂ ਲੋੜ ਨਹੀਂ ਗਈ ਇਹਨਾਂ 60 ਦੇਸ਼ਾਂ ਦੇ ਵਿੱਚ ਤੇ ਜਿਹੜੇ ਇਹਦੇ ਮੁਕਾਬਲੇ ਜਿਹੜਾ ਪਾਕਿਸਤਾਨ ਦਾ ਪਾਸਪੋਰਟ ਆ ਉਹ 109ਵੇਂ ਨੰਬਰ ਤੇ ਆ ਗਿਆ ਤੇ ਪਾਸਪੋਰਟ ਵਾਲੇ ਪਾਕਿਸਤਾਨ ਵਾਲੇ ਵੀਰ ਆਪਦੇ ਪਾਸਪੋਰਟ ਨਾਲ 30 ਦੇਸ਼ਾਂ ਦੇ ਵਿੱਚ ਬਿਨਾ ਵੀਜ਼ੇ ਤੋਂ ਤੇ ਬਿਨਾ ਇਮੀਗ੍ਰੇਸ਼ਨ ਤੋਂ ਜਾ ਸਕਦੇ ਆ ਜਿਹੜਾ ਸਭ ਤੋਂ ਨੰਬਰ 1 ਤੇ ਟੌਪ ਤੇ ਜਿਹੜਾ ਪਾਸਪੋਰਟ ਉਹਦੀ ਗੱਲ ਕਰਦੇ ਆ ਜਿਹੜਾ ਜਾਪਾਨ ਦਾ ਪਾਸਪੋਰਟ ਆ ਦੋਸਤੋ ਉਹ ਸਭ ਤੋਂ ਟੌਪ ਤੇ ਚੱਲਿਆ ਜਾਪਾਨ ਦੇ ਪਾਸਪੋਰਟ ਦੇ ਨਾਲ ਤੁਸੀਂ 193 ਦੇਸ਼ਾਂ ਦੀ ਸ਼ਹਿਰ ਆ ਜਿਹੜੀ ਉਹ ਬੇਫਿਕਰ ਹੋ ਕੇ ਕਲਾ ਪਾਸਪੋਰਟ ਲੈ ਕੇ ਜਾਏ ਦੀ ਟਿਕਟ ਲੈ ਕੇ ਚੜ ਸਕਦੇ ਹੋ ਕੋਈ ਨਹੀਂ ਪੁੱਛਣ ਵਾਲਾ ਤੇ ਦੂਜੇ ਨੰਬਰ ਤੇ ਜਿਹੜਾ ਦੱਖਣੀ ਕੋਰੀਆ ਤੇ ਸਿੰਗਾਪੁਰ ਦਾ ਪਾਸਪੋਰਟ ਆ ਉਹ ਦੂਜੇ ਨੰਬਰ ਤੇ ਆ ਤੇ ਇਹ ਸੀਗੀ ਪਾਸਪੋਰਟਾਂ ਦੀ ਅਪਡੇਟ ਤੇ ਅੱਗੇ ਦੋਸਤੋ ਗੱਲ ਕਰਦੇ ਹਾਂ ਗਰਮੀ ਦੀ ਗਰਮੀ ਜੇ ਤੁਹਾਨੂੰ ਪਤਾ ਹੀ ਹੈ ਵੀ ਇਟਲੀ ਦੇ ਵਿੱਚ ਇਟਲੀ ਤਾਂ ਕੀ ਸਾਰੇ ਯੂਰਪ ਦੇ ਵਿੱਚ ਗਰਮੀ ਨੇ ਤਾਂ ਕਹਿਰ ਮਚਾਈ ਰੱਖਿਆ ਕਿੰਨੀਆਂ ਅੱਗਾਂ ਥਾਂ ਥਾਂ ਤੇ ਅੱਗਾਂ ਲੱਗ ਰਹੀਆਂ ਤੇ ਹਜ਼ਾਰ ਤੋਂ ਵੱਧ ਮੌਤਾਂ ਜਿਹੜੀਆਂ ਸਪੇਨ ਤੇ ਪੁਰਤਗਾਲ ਦੇ ਵਿੱਚ ਹੋ ਚੁੱਕੀਆਂ ਇਹ ਗਰਮੀ ਦੀ ਲੂ ਲੱਗਣ ਦੇ ਨਾਲ ਤੇ ਆਨਲਾਈ ਜਿਹੜੀ 24 ਤਰੀਕ ਦੱਸੀ ਜਾ ਰਹੀ ਹੈ ਵੀ ਸਭ ਤੋਂ ਗਰਮ ਦਿਨ ਇਟਲੀ ਆਸਤੇ ਦੱਸਿਆ ਜਾ ਰਿਹਾ ਵੀ ਆਉਣ ਵਾਲੀ 24 ਤਰੀਕ ਨੂੰ ਸਭ ਤੋਂ ਗਰਮ ਦਿਨ ਇਡਲੀ ਦੇ ਵਾਸਤੇ ਅੱਗੇ ਦੋਸਤੋ ਗੱਲ ਕਰਦੇ ਆ ਜਿਹੜੇ ਚਲੋ ਗਰਮੀ ਨਾਲ ਤਾਂ ਹੈ ਹੀ ਹੈ ਮੌਤਾਂ ਹੋ ਰਹੀਆਂ ਨੇ ਜਿਹੜੀਆਂ ਕਰੋਨਾ ਦਾ ਕਰਕੇ ਮੌਤਾਂ ਹੋ ਰਹੀਆਂ ਬਈ ਕਰੋਨਾ ਦੇ ਜਿਹੜੇ ਨਵੇਂ ਕੇਸ ਆਏ ਆ ਪਿਛਲੇ 24 ਘੰਟਿਆਂ ਦੇ ਵਿੱਚ 80853 ਨਵੇਂ ਕੇਸ ਆਏ 157 ਮਰੀਜ਼ਾਂ ਦੀ ਮੌਤ ਹੋ ਚੁੱਕੀ ਆ ਜਿਹੜੇ 410 ਮਰੀਜ਼ ਹਜੇ ਵੀ ਗੰਭੀਰ ਹਾਲਤ ਦੇ ਵਿੱਚ ਆਈਸੀਯੂ ਦੇ ਵਿੱਚ ਤੇ ਜਿਹੜੇ ਠੀਕ ਹੋਇਆ 84933 ਮਰੀਜ਼ ਠੀਕ ਹੋਇਆ ਤੇ ਟੈਸਟ ਕੀਤੇ ਗਏ 36600 10 سوری 10 ਲੱਖ 68000 ਟੈਸਟ ਕੀਤੇ ਗਏ ਜਿਹੜੀ ਤਾਸੋ ਦੀ ਪੋਜਤੀ ਤਾਂ ਚੱਲ ਰਹੀ ਸੀਗੀ ਉਹ 22% ਚੱਲ ਰਹੀ ਸੀ ਸਭ ਤੋਂ ਬਾਅਦ ਜਿਹੜੇ ਕੇਸ ਦੋਸਤੋ ਲੰਬਾਰਡੀਆ ਸਟੇਟ ਦੇ ਵਿੱਚ ਨਿਕਲ ਰਿਹਾ ਇਸ ਤੇ ਕੇ 10800 46 ਨਵੇਂ ਕੇਸ ਲੰਬਾਰਡੀਆ ਦੇ ਵਿੱਚ ਆਇਆ ਇਹ ਜਾਂਦੇ ਜਾਂਦੇ ਕਰੰਸੀ ਰੇਟਾਂ ਦੇ ਮਾਰਦਿਆਂ ਨਿਕਾ ਯੂਰੋ ਦਾ ਰੇਟ ਹੈ ਜਿਹੜਾ ਇੰਡੀਆ ਦੇ ਮੁਕਾਬਲੇ 81 ਰੁਪਏ 21 ਪੈਸੇ ਪਾਕਿਸਤਾਨ ਦੇ 230 ਰੁਪਏ 37 ਪੈਸੇ ਕੈਨੇਡੀਅਨ ਡਾਲਰ ਚੱਲ ਰਿਹਾ ਹੈ 64 ਰੁਪਏ 82 ਪੈਸੇ ਇੰਡੀਆ ਦੇ 175 ਰੁਪਏ 36 ਪੈਸੇ ਪਾਕਿਸਤਾਨ ਦੇ ਜੇ ਆਸਟ੍ਰੇਲੀਆ ਦਾ ਡਾਲਰ ਹੈਗਾ 94 ਰੁਪਏ 96 ਪੈਸੇ ਇੰਡੀਆ ਦੇ ਤੇ 155 ਰੁਪਏ 93 ਪੈਸੇ ਪਾਕਿਸਤਾਨ ਦੇ ਤੇ ਪੌਂਡ ਯੂਕੇ ਦਾ 95 ਰੁਪਏ 11 ਪੈਸੇ ਤੇ ਰਹਿ ਗਿਆ ਇੰਡੀਆ ਦੇ ਤੇ 269 ਰੁਪਏ 82 ਪੈਸੇ ਪਾਕਿਸਤਾਨ ਦੇ ਤੇ ਦੁਬਈ ਦਾ ਦਰਾਮ 21 ਰੁਪਏ 75 ਪੈਸੇ ਇੰਡੀਆ ਦੇ ਤੇ 61 ਰੁਪਏ 71 ਪੈਸੇ ਪਾਕਿਸਤਾਨ ਤੇ ਆ ਗਿਆ ਤੇ ਜਿਹੜਾ ਅਮਰੀਕਨ ਡਾਲਰਾ ਦੋਸਤੋ ਉਹ 79 ਰੁਪਏ 90 ਪੈਸੇ ਇੰਡੀਆ ਦੇ ਤੇ 226 ਰੁਪਏ 65 ਪੈਸੇ ਪਾਕਿਸਤਾਨ ਤੇ ਚੜਿਆ ਸੋ ਦੋਸਤੋ ਇਹੀ ਸੀ ਅੱਜ ਦੀ ਨਵੀਂ ਤਾਜੀ ਅਪਡੇਟ ਨਵੀਆਂ ਤਾਜ਼ੀਆਂ ਖਬਰਾਂ ਹਾਈਟਲੀ ਦੀਆਂ ਤੇ ਹੋਰ ਤੇ ਬਾਕੀ ਮਿਲਦੇ ਆਪਾਂ ਕੱਲ੍ਹ ਵਾਲੀ ਅਪਡੇਟ ਦੇ ਵਿੱਚ ਤਦ ਤੱਕ ਦਿਓ ਆਗਿਆ ਅਸੀਂ ਕਾਲਸ ਕਰਾਂ